ਮਰੀਆਂ ਜ਼ਮੀਰਾਂ ਵਾਲੇ ਵੇਖ ਲਓ ਕੋਈ ਬੰਦਾ ਇੱਥੇ ਸਿੰਘਾਂ ਦੇ ਨਾਲ ਆ ਕੇ ਖੜਦਾ ਨੀਗਾ ਕਿੰਨੀ ਦੁਨੀਆ ਇੱਥੇ ਜੇ ਅਸੀਂ ਕਿਤੇ ਮੋਰਚੇ ਦਾ ਦਿੱਤਾ ਸੁਨੇਹਾ ਦਿੱਤਾ ਹੁੰਦਾ ਨਾ ਕਿਸੇ ਨੂੰ ਤੇ ਹਜ਼ਾਰਾਂ ਆਦਮੀ ਇਕੱਠੇ ਕਰਦੇ ਪਰ ਸਰਦਾਰ ਵੇਖ ਲਓ ਸਾਡੇ ਵੀਰੋ ਕਿੰਨੇ ਇੱਥੋਂ ਤੁਰੇ ਜਾਂਦੇ ਆ ਪਰ ਕਿਸੇ ਨੂੰ ਦੁੱਖ ਨਹੀਂ ਹੈਗਾ ਇਸ ਚੀਜ਼ ਦਾ ਵੀ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਜਿਹੜਾ ਰੋਲਾ ਪਾਉਂਦੇ ਆ ਨਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਹਾਂ ਸੰਦੀਪ ਸਿੰਘ ਬੈਨੀਪਾਲ ਪੰਜਾਬ ਹੀ ਨਹੀਂ ਬਲਕਿ ਪੂਰੇ ਵਿਦੇਸ਼ਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚੇ ਲੱਗੇ ਹੋਏ ਨੇ ਤੇ ਸਿੱਖਾਂ ਨੇ ਠਾਣ ਲਿਆ ਕਿ ਇਸ ਵਾਰ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚੋਂ ਬਾਹਰ ਕਢਾਉਣਾ ਕਿਉਂਕਿ 25 ਤੋਂ 30 ਸਾਲ ਹੋ ਚੁੱਕੇ ਨੇ ਸਜ਼ਾ ਪੂਰੀਆਂ ਕਰ ਚੁੱਕੇ ਨੇ ਪਰ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਇਸ ਤਹਿਤ ਲੁਧਿਆਣਾ ਦੇ ਜਗਰਾਓਂ ਪੁਲ ਉੱਤੇ ਮੋਰਚਾ ਲੱਗਿਆ ਹੋਇਆ ਹੈ ਜਿੱਥੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਕੇਂਦਰ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਨਰਿੰਦਰ ਮੋਦੀ ਬੰਦੀ ਸਿੰਘਾਂ ਨੂੰ ਰਿਹਾਅ ਕਰਦਾ ਹੈ ਤਾਂ ਉਹ ਵੋਟਾਂ ਦੇ ਵਿੱਚ ਨਰਿੰਦਰ ਮੋਦੀ ਨੂੰ ਸਾਰਾ ਸਮਰਥਨ ਦੇਣਗੇ ਵੇਖ ਲਓ ਕੋਈ ਬੰਦਾ ਇੱਥੇ ਸਿੰਘਾਂ ਦੇ ਨਾਲ ਆ ਕੇ ਖੜਦਾ ਨੀਗਾ ਕਿੰਨੀ ਦੁਨੀਆ ਇੱਥੇ ਜੇ ਅਸੀਂ ਕਿਤੇ ਮੋਰਚੇ ਦਾ ਦਿੱਤਾ ਸੁਨੇਹਾ ਦਿੱਤਾ ਹੁੰਦਾ ਨਾ ਕਿਸੇ ਨੂੰ ਤੇ ਹਜ਼ਾਰਾਂ ਆਦਮੀ ਇਕੱਠੇ ਕਰਦੇ ਪਰ ਸਰਦਾਰ ਵੇਖ ਲਓ ਸਾਡੇ ਵੀਰੋ ਕਿੰਨੇ ਇੱਥੋਂ ਤੁਰੇ ਜਾਂਦੇ ਆ ਪਰ ਕਿਸੇ ਨੂੰ ਦੁੱਖ ਨਹੀਂ ਹੈਗਾ ਇਸ ਚੀਜ਼ ਦਾ ਵੀ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਜਿਹੜਾ ਰੋਲਾ ਪਾਉਂਦੇ ਆ ਨਾ ਜਿਹੜੇ ਰੋਜ਼ ਰੋਲਾ ਪਾਉਂਦੇ ਆ ਬਿਨਾਂ ਮਤਲਬ ਤੋਂ ਭਾਜੀ ਮੇਰਾ ਨਾਮ ਰਣਜੀਤ ਸਿੰਘ ਭਾਜੀ ਅੱਜ ਜਗਰਾਵਾਂ ਪੁਲ ਮੇਨ ਜਿਹੜੀ ਹੱਬ ਆ ਲੁਧਿਆਣੇ ਦੀ ਉੱਥੇ ਖੜੇ ਹਾਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਬੰਦੀ ਸਿੰਘਾਂ ਵਾਸਤੇ ਵੀ ਬੰਦੀ ਸਿੰਘ ਜਿਹੜੇ 27-28 28-28 ਤੋਂ ਕੁਝ 32 ਸਾਲਾਂ ਤੋਂ ਵੀ ਹੈਗੇ ਕੁਝ 25 ਸਾਲਾਂ ਤੋਂ ਬੈਠੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਰਿਹਾਈ ਵਾਸਤੇ ਅਸੀਂ ਇੱਕ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਹਾਂ ਜੋ ਸਾਡਾ ਸੰਵਿਧਾਨਿਕ ਹੱਕ ਆ ਕੋਈ ਅਸੀਂ ਸ਼ੋਰ ਨਹੀਂ ਕਰ ਲਏ ਕੋਈ ਸ਼ਰਾਬਾ ਨਹੀਂ ਕਰ ਰਹੇ ਅਸੀਂ ਕਹਿ ਰਹੇ ਹਾਂ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਜੋ ਕਿ ਚੰਡੀਗੜ੍ਹ ਦੇ ਵਿੱਚ ਸਾਡਾ ਮੋਰਚਾ ਲੱਗਾ ਹੋਇਆ ਠੀਕ ਹੈ ਜੀ ਅਸੀਂ ਉੱਥੇ ਵੀ ਜਾਂਦੇ ਹਾਂ ਅਤੇ ਇੱਥੇ ਵੀ ਅਸੀਂ ਹੋਰ ਵੀ ਸਿੰਘ ਇਕੱਠੇ ਕਰ ਸਕਦੇ ਸੀ ਪਰ ਅਸੀਂ ਕਿਸੇ ਨੂੰ ਸੱਦਾ ਨਹੀਂ ਦਿੱਤਾ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਥੇ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ ਬਾਕੀ ਵੀਰ ਕੱਲ੍ਹ ਪਰਸੋਂ ਅਮਿਤ ਅਰੋੜਾ ਮੰਡ ਸ਼ਿਵ ਸੈਨਾ ਵਾਲੇ ਦੇ ਕੋਈ ਇੱਕ ਠਾਕਰਿਆ ਉਹਨਾਂ ਦੇ ਨਾਲ ਉਹਨਾਂ ਨੇ ਪੋਸਟਰ ਸਾੜੇ ਸਿੰਘਾਂ ਦੇ ਦੇਖੋ ਮੰਦਰ ਦੇ ਵਿੱਚ ਅਸੀਂ ਬਹੁਤ ਆਦਰ ਕਰਦੇ ਹਾਂ ਮੰਦਰਾਂ ਦਾ ਮੰਦਰਾਂ ਦੇ ਵਿੱਚ ਜਾ ਕੇ ਇਹ ਦਰਵਾਜ਼ੇ ਬੰਦ ਕਰ ਲੈਂਦੇ ਸਿਕਿਉਰਟੀਆਂ ਅੰਦਰ ਲਾ ਲੈਂਦੇ ਆ ਅਤੇ ਉੱਥੇ ਜਾ ਕੇ ਇਹਨਾਂ ਦੇ ਪੋਸਟਰ ਸਾੜਦੇ ਆ ਠੀਕ ਆ ਜੀ ਪੋਸਟਰ ਸਾੜਦੇ ਫਿਰ ਪੈਰਾਂ ਦੇ ਵਿੱਚ ਪਾਉਂਦੇ ਆ ਕਿ ਅਸੀਂ ਵੀ ਪੋਸਟਰ ਵੀਰ ਸਾੜ ਸਕਦੇ ਹਾਂ ਸਾਨੂੰ ਵੀ ਹੱਕ ਆ ਅਸੀਂ ਵੀ ਕੁਛ ਵੀ ਕਰ ਸਕਦੇ ਪਰ ਅਸੀਂ ਇੱਦਾਂ ਦਾ ਗਲਤ ਕੰਮ ਕੋਈ ਨਹੀਂ ਕਰਦੇ ਇਹਨਾਂ ਨੂੰ ਅਸੀਂ ਚੈਲੰਜ ਕਰਦੇ ਹਾਂ ਵੀ ਜੇ ਤੁਹਾਡੇ 'ਚ ਹਿੰਮਤ ਹੈਗੀ ਨਾ ਸਾਡੀ ਆ ਵੀਡੀਓ ਚੱਲਦੀ ਵੀ ਹੋਊਗੀ ਅਤੇ ਲੋਕਾਂ ਨੂੰ ਪਤਾ ਵੀ ਹੋਊਗਾ ਤੁਸੀਂ ਇੱਥੇ ਆ ਕੇ ਗੱਲ ਕਰੋ ਜਿਹੜੀ ਕਰਨੀ ਆ ਇਹ ਵੀਰ ਅੰਦਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਬਹਿ ਕੇ ਜਾਂ ਆਪਣੀ ਸਿਕਿਉਰਟੀ ਲਾ ਕੇ ਇੱਦਾਂ ਦੇ ਜਿਹੜੇ ਕੰਮ ਪ੍ਰੋਟੈਸਟ ਕਰਨੇ ਆ ਨਾ ਇਹ ਸ਼ੋਭਾ ਨਹੀਂ ਦਿੰਦੇ ਸਰ ਇਹ ਵੇਖੋ ਮਾਹੌਲ ਇੰਨਾ ਖਰਾਬ ਹੋ ਰਿਹਾ ਵੀ ਜਿਹੜੇ ਸਾਡੇ ਜੰਗ ਬੱਚੇ ਆ ਨਾ ਉਹਨਾਂ 'ਤੇ ਬੜਾ ਗਲਤ ਅਸਰ ਪੈ ਰਿਹਾ ਦੇਖੋ ਸਾਡੀ ਤਾਂ 40-50 ਸਾਲ ਉਮਰ ਹੋ ਗਈ ਅਸੀਂ ਤਾਂ ਇਹਨਾਂ ਚੀਜ਼ਾਂ ਤੋਂ ਲੰਘ ਚੁੱਕੇ ਹਾਂ ਅਸੀਂ ਕਹਿੰਦੇ ਹਾਂ ਵੀ ਕੌਮ ਦਾ ਅੱਗੇ ਵੀ ਬੜਾ ਨੁਕਸਾਨ ਹੋਇਆ ਅਤੇ ਉਹ ਨੁਕਸਾਨ ਨਾ ਸਾਡਾ ਹੋਵੇ ਅਸੀਂ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਨਾ ਭੜਕਾਓ ਅਤੇ ਇਹੋ ਜਿਹੀਆਂ ਭੜਕਾਊ ਭਾਸ਼ਣ ਨਾ ਦਿਓ ਤਸਵੀਰਾਂ ਨਾ ਸਾੜੋ ਅਤੇ ਜਾਂ ਹਿੰਦੂ ਸਿੱਖ ਦੇ ਵਿੱਚ ਨਾ ਇੱਕ ਪਾੜ ਨਾ ਪਾਓ ਸਾਡਾ ਜਿਹੜਾ ਇੱਕ ਭਾਈਚਾਰਾ ਬਣਿਆ ਹੋਇਆ ਨਾ ਇਹਨੂੰ ਖਰਾਬ ਨਾ ਕਰੋ ਅਸੀਂ ਕਦੀ ਵੀ ਕਿਤੇ ਨਹੀਂ ਖਰਾਬ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਕਿ ਵੇਖੋ 27-27 ਸਾਲ ਤੋਂ ਅੰਦਰ ਬੈਠੇ ਹੋਏ ਆ ਸਾਡਾ ਪ੍ਰੋਟੈਸਟ ਵੀ ਚੱਲ ਰਿਹਾ ਉੱਥੇ ਬੜੇ ਸ਼ਾਂਤਮਈ ਤਰੀਕੇ ਨਾਲ ਲੋਕ ਬੈਠੇ ਹੋਏ ਆ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਹੈ ਵੀ ਪੰਜਾਬ ਸਰਕਾਰ ਦੀ ਜੋ ਕਾਰਵਾਈ ਬਣਦੀ ਹੈ ਨਾ ਉਹ ਕਰਕੇ ਇਹਨਾਂ ਨੂੰ ਰਿਹਾਅ ਕਰਾਓ ਕਿਉਂਕਿ ਜਿਹੜੀ ਸੈਂਟਰ ਸਰਕਾਰ ਹੈ ਸੈਂਟਰ ਸਰਕਾਰ ਕਹਿੰਦੀ ਵੀ ਸਾਡੇ ਵੱਲੋਂ ਸਭ ਕੁਝ ਕੀਤਾ ਗਿਆ ਵਾ ਅਤੇ ਤੁਹਾਡੀ ਪੰਜਾਬ ਸਰਕਾਰ ਕਰੇ ਅਤੇ ਕੇਜਰੀਵਾਲ ਸਾਹਿਬ ਨੂੰ ਬੇਨਤੀ ਹੈ ਵੀ ਜਦੋਂ ਤੁਹਾਡੇ ਹੱਥ ਦੇ ਵਿੱਚ ਹੈਗਾ ਇੱਕ ਆਦਮੀ ਨੂੰ ਸਾਈਨ ਕਰਕੇ ਭੁੱਲਰ ਨੂੰ ਤੁਸੀਂ ਕੱਢ ਸਕਦੇ ਹੋ ਉਹਨੂੰ ਕਿਉਂ ਨਹੀਂ ਕੱਢਦੇ ਕਿਉਂ ਸਾਨੂੰ ਤੰਗ ਕਰ ਰਹੇ ਬਿਨਾਂ ਮਤਲਬ ਸਿੱਖ ਕੌਮ ਨੂੰ ਕਿਉਂ ਪਰੇਸ਼ਾਨ ਕਰ ਰਹੇ ਆ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਹਾਡੇ ਕੋਲ ਸਿੱਖਾਂ ਤੁਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿਓ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਤੁਹਾਨੂੰ ਵੋਟਾਂ ਵੀ ਪਾਵਾਂਗੇ ਤੁਹਾਡਾ ਇੱਜ਼ਤ ਮਾਣ ਸਤਿਕਾਰ ਵੀ ਕਰਾਂਗੇ ਤੁਹਾਡੇ ਕੋਲ ਮੌਕਾ ਜੋ ਜਿਸ ਤਰ੍ਹਾਂ ਤੁਸੀਂ ਕਿਸਾਨੀ ਬਿੱਲ ਵਾਪਸ ਕਰਕੇ ਸਿੱਖਾਂ ਦੀ ਹਮਦਰਦੀ ਸਿੱਖਾਂ ਦਾ ਦਿਲ ਜਿੱਤਿਆ ਸੀ ਇਸ ਤਰ੍ਹਾਂ ਤੁਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਕੇ ਉਹਨਾਂ ਦਾ ਵੀ ਦਿਲ ਜਿੱਤ ਸਕਦੇ ਹੋ ਇਸ ਤੋਂ ਇਲਾਵਾ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਪਰ ਦੂਜੇ ਪਾਸੇ ਸ਼ਿਵ ਸੈਨਾ ਆਗੂ ਨੇ ਜਿਹੜੇ ਉਹ ਬੰਦੀ ਸਿੰਘਾਂ ਦੇ ਪੋਸਟਰਾਂ ਨੂੰ ਜਲਾਉਂਦੇ ਨੇ ਉਸ ਨੂੰ ਲੈ ਕੇ ਉਹਨਾਂ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਹੁਣ ਹੁੰਦਾ ਹੈ ਤਾਂ ਤੁਹਾਨੂੰ ਨਤੀਜੇ